ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਸੰਦੀਪ ਟੱਕਰ, ਹਾਰਟ ਸਪੈਸ਼ਲਿਸਟ ਮਨੀਪਾਲ ਹੋਸਪਿਟਲ ਪਟਿਆਲਾ। ਅੱਜ ਅਸੀਂ ਗੱਲ ਕਰਾਂਗੇ ਇੱਕ ਹਾਰਟ ਦੇ ਪੇਸ਼ੈਂਟ ਦੀ, ਜਿਹਨੂੰ ਹਾਰਟ ਅਟੈਕ ਕਰਕੇ ਐਮਰਜੈਂਸੀ ਸਰਜਰੀ ਦੀ ਲੋੜ ਪਈ ਅਤੇ ਉਸ ਤੋਂ ਬਾਅਦ ਉਹਦੀ ਰਿਕਵਰੀ ਅਨਇਵੈਂਟਫੁਲ ਹੋਈ, ਅੱਛੀ ਰਿਕਵਰੀ ਹੋਈ। ਇਹ ਰਾਜੇਸ਼ਵੀ ਦੇਵੀ ਜੀ ਨੇ ਮੇਰੇ ਨਾਲ, ਇਹ ਸਾਡੇ ਹੋਸਪਿਟਲ ਵਿੱਚ ਆਈ ਸੀ, ਇਹਨਾਂ ਨੂੰ ਸਾਹ ਉਖੜ ਗਿਆ ਸੀ ਜਗਦਮ ਦੋ ਦਿਨਾਂ ਤੋਂ, ਅਤੇ ਜਿਸ ਦਿਨ ਆਏ ਸੀ ਉਸ ਦਿਨ ਕੰਡੀਸ਼ਨ ਕਾਫੀ ਖਰਾਬ ਸੀ, ਧੜਕਣ ਬਹੁਤ ਵਧੀ ਹੋਈ ਸੀ, ਸਾਹ ਕਾਫੀ ਉਖੜਿਆ ਹੋਇਆ ਸੀ, ਬਲੱਡ ਪ੍ਰੈਸ਼ਰ ਕਾਫੀ ਡਿੱਗਿਆ ਹੋਇਆ ਸੀ। ਜਦੋਂ ਹੋਸਪਿਟਲ 'ਚ ਆਇਆ ਤਾਂ ਆਕਸੀਜਨ ਲੈਵਲ ਮਾਤਰ 60% ਹੀ ਰਹਿ ਗਿਆ ਸੀ, ਅਤੇ ਇਹਨਾਂ ਦੀ ਜਦੋਂ ਟੈਸਟ ਵਗੈਰਾ ਹੋਈ, ECG ਵਗੈਰਾ ਹੋਈ, ਹਾਰਟ ਦਾ ਅਲਟਰਾਸਾਊਂਡ ਈਕੋ ਵਗੈਰਾ 'ਚ ਪਤਾ ਲੱਗਿਆ ਕਿ ਇਹਨਾਂ ਨੂੰ ਮੇਜਰ ਹਾਰਟ ਅਟੈਕ ਹੋਇਆ ਹੈ। ਇਹਨਾਂ ਨੂੰ ਐਮਰਜੈਂਸੀ ਵਿੱਚ ਇਨੀਸ਼ੀਅਲ ਟ੍ਰੀਟਮੈਂਟ ਦੇ ਕੇ ਸਟੇਬਲਾਈਜ਼ ਕਰਕੇ ਇਮੀਡੀਏਟਲੀ ਆਪਰੇਸ਼ਨ ਥੀਏਟਰ 'ਚ ਲਿੱਤਾ ਗਿਆ, ਕੈਥ ਲੈਬ ਜਿਹਨੂੰ ਅਸੀਂ ਕਹਿੰਦੇ ਹਾਂ। ਬਾਕੀ ਇਹਨਾਂ ਦੀ ਐਮਰਜੈਂਸੀ ਐਂਜੀਓਗ੍ਰਾਫੀ ਹੋਈ ਅਤੇ ਜਿਹੜੀ ਨਸ ਬਲੌਕ ਹੋਈ ਹੈ ਉਹਨੂੰ ਇਮੀਡੀਏਟਲੀ ਖੋਲਿਆ ਜਾਏ। ਪੇਸ਼ੈਂਟ ਦੀ ਕੰਡੀਸ਼ਨ ਕਾਫੀ ਸੀਰੀਅਸ ਸੀ, ਇਹਨੂੰ ਬੜੀ ਮੁਸ਼ਕਿਲ ਹੀ ਅਸੀਂ ਐਮਰਜੈਂਸੀ ਤੋਂ ਆਪਰੇਸ਼ਨ ਥੀਏਟਰ ਵਿੱਚ ਲੈ ਪਾਏ ਕੈਥ ਲੈਬ ਵਿੱਚ। ਕੈਥ ਲੈਬ 'ਚ ਪਹੁੰਚ ਕੇ ਪੇਸ਼ੈਂਟ ਦਾ ਇੱਕ ਵਾਰ ਕਾਰਡਿਕ ਅਰੈਸਟ ਵੀ ਹੋ ਗਿਆ ਸੀ, ਅਤੇ ਉੱਥੇ ਐਨਐਸਥੀਸੀਆ ਦੀ ਟੀਮ ਨੇ ਮਿਲ ਕੇ ਕਾਫੀ ਦੇਰ ਇਹਨਾਂ ਦਾ CPR ਰਿਵਾਈਵ ਕੀਤਾ, ਅਤੇ ਉਸ ਤੋਂ ਬਾਅਦ ਰਿਵਾਈਵ ਹੋ ਗਏ। ਰਿਵਾਈਵ ਕਰਨ ਤੋਂ ਬਾਅਦ ਇਹਨਾਂ ਦੀ ਐਂਜੀਓਗ੍ਰਾਫੀ ਹੋਈ ਅਤੇ ਦੇਖਿਆ ਕਿ ਲੈਫਟ ਸਾਈਡ ਦੀ ਮੇਨ ਨਸ ਬਲੌਕ ਹੈ ਜਿਹਨੂੰ ਐਮਰਜੈਂਸੀ ਵਿੱਚ ਖੋਲ੍ਹਿਆ ਗਿਆ ਅਤੇ ਉਹਦੇ 'ਚ ਇੱਕ ਸਟੈਂਟ ਲਗਾਇਆ ਗਿਆ। ਇਹਨੂੰ ਅਸੀਂ ਪ੍ਰਾਇਮਰੀ PCI ਜਾਂ ਐਮਰਜੈਂਸੀ ਐਂਜੀਓਪਲਾਸਟੀ ਕਹਿੰਦੇ ਹਨ, ਜੋ ਕਿ ਹਾਰਟ ਅਟੈਕ ਵਾਸਤੇ ਟ੍ਰੀਟਮੈਂਟ ਆਫ ਚੋਇਸ ਹੈ। ਇਸ ਤੋਂ ਬਾਅਦ ਐਮਰਜੈਂਸੀ ਸਟੈਂਟਿੰਗ ਤੋਂ ਬਾਅਦ ਵੀ ਇਹਨਾਂ ਦਾ ਕੋਰਸ ਕਾਫੀ ਵੱਡਾ ਰਿਹਾ, ਕਿਡਨੀ ਇਸ਼ੂਜ਼ ਆਏ, ਹੋਰ ਬੜੇ ਇਸ਼ੂਜ਼ ਆਏ, ਬਟ ਲੱਕੀਲੀ ਬਿਕੋਜ਼ ਆਫ ਦ ਐਫਰਟਸ ਆਫ ਦ ਹੋਲ ਟੀਮ, ICU ਟੀਮ ਐਂਡ ਅਦਰ ਸਪੈਸ਼ਲਿਟੀ ਕੰਸਲਟੈਂਟਸ, ਅਸੀਂ ਇਹਨਾਂ ਨੂੰ ਇਸ ਗੰਭੀਰ ਹਾਲਤ ਤੋਂ ਬਾਹਰ ਕੱਢ ਸਕੇ ਅਤੇ ਅੱਜ ਇਹ ਸਾਡੇ ਨਾਲ ਹਨ, ਕਿਉਂਕਿ ਇਹ ਪੂਰੀ ਰਿਕਵਰ ਹੋ ਚੁੱਕੀ ਹਨ। ਨਾਓ ਸ਼ੀ ਇਜ਼ ਬੈਕ ਟੂ ਹਰ ਨੋਰਮਲ ਰੂਟੀਨ। ਰਾਜੇਸ਼ਵੀ ਦੇਵੀ ਜੀ ਦਾ ਐਮਰਜੈਂਸੀ ਐਂਜੀਓਪਲਾਸਟੀ, ਉਸ ਤੋਂ ਬਾਅਦ ਇਹਨਾਂ ਦਾ ਹੋਸਪਿਟਲ ਸਟੇ ਕਾਫੀ ਲੌਂਗ ਹੋਇਆ ਅਤੇ ਉਹਦੇ ਵਿੱਚ ਖਰਚਾ ਵੀ ਕਾਫੀ ਸੀ ਐਂਡ ਇਕਨੋਮਿਕ ਇੰਨੇ ਅਫੋਰਡਿੰਗ ਵੀ ਨਹੀਂ ਸੀ, ਤਾਂ ਹੋਸਪਿਟਲ ਡਿਸਾਈਡਿਡ ਟੂ ਹੈਲਪ ਦੈਨ। ਅਤੇ ਅਸੀਂ ਸਾਡੀ ਇੱਕ ਪੂਅਰ ਪੇਸ਼ੈਂਟਸ ਨੂੰ ਹੈਲਪ ਕਰਨ ਵਾਸਤੇ ਫਾਊਂਡੇਸ਼ਨ ਹੈ ਮਨੀਪਾਲ ਫਾਊਂਡੇਸ਼ਨ, ਉਹ ਸਾਹਮਣੇ ਆਈ ਅਤੇ ਉਹਨਾਂ ਨੇ ਇਹਨਾਂ ਦੀ ਫਾਈਨੈਂਸ਼ੀਅਲ ਤੌਰ 'ਤੇ ਕਾਫੀ ਹੈਲਪ ਕੀਤੀ, ਜਿਸ ਕਰਕੇ ਆਪਣਾ ਇਲਾਜ ਪੂਰਾ ਕਰਾ ਪਾਏ ਅਤੇ ਅੱਜ ਸਾਡੇ ਨਾਲ ਬਿਲਕੁਲ ਤੰਦਰੁਸਤ ਹਨ। ਥੈਂਕ ਯੂ। ਮੇਰਾ ਨਾਮ ਰੋਹਨ ਹੈ ਅਤੇ ਮੇਰੇ ਮੰਮਾ ਨੇ, ਅਸੀਂ ਮਾਡਲ ਟਾਊਨ ਰਹਿੰਦੇ ਹਾਂ, ਅਸੀਂ ਇੱਕਦਮ ਮੰਮਾ ਬੈਠੇ ਸੀ, ਬਸ ਇੱਕਦਮ ਖਾਂਸੀ ਹੋਈ ਅਤੇ ਜ਼ਿਆਦਾ ਦਿੱਕਤ ਹੋਈ, ਅਸੀਂ ਸਿੱਧਾ ਮਨੀਪਾਲ ਹੋਸਪਿਟਲ ਲੈ ਕੇ ਆਏ ਅਤੇ ਇੱਥੇ ਬਹੁਤ ਵਧੀਆ ਟ੍ਰੀਟਮੈਂਟ ਕਰਿਆ, ਡਾਕਟਰ ਸਾਹਿਬ ਨੇ ਦੇਖਿਆ, ਬਹੁਤ ਜ਼ਿਆਦਾ ਵਧੀਆ ਲੱਗਿਆ ਉਰੇ ਆ ਕੇ। ਥੈਂਕ ਯੂ।